ਚਾਓ ਸੀਗਾ ਕਿ ਮੈਂ ਲੜਨੀ ਹੈ ਚੋਣ। ਪਤਾ ਨਹੀਂ ਇਹਨਾਂ ਦੀ ਕੀ ਮਜ਼ਬੂਰੀ ਸੀ ਜਾਂ ਕਿਉਂ ਨਹੀਂ ਡਿਸਕਸ ਕੀਤਾ, ਇਹ ਤਾਂ ਪ੍ਰਧਾਨ ਸਾਹਿਬ ਹੀ ਦੱਸ ਸਕਦੇ ਹੈ। ਪ੍ਰਧਾਨ ਸਾਹਿਬ ਨੂੰ ਉਹਨਾਂ ਨਾਲ ਡਿਸਕਸ ਕਰ ਲੈਣੀ ਚਾਹੀਦੀ ਸੀ। ਇੱਕ ਤਾਂ ਉਹ ਸੋਚਦਾ ਕਿ ਮਾਂ ਪਾਰਟੀ ਹੈ, ਕਮਜ਼ੋਰ ਨਾ ਹੋਵੇ, ਇਹਨੂੰ ਤਕੜੀ ਕਰੀਏ। ਜੇ ਇੱਕ ਮਹੀਨਾ ਨਹੀਂ ਹੋਇਆ ਤਾਂ ਵਿਸ਼ਵਾਸ ਫਿਰ ਟੁੱਟ ਗਿਆ। ਇਹਦੇ ਨਾਲ ਬਾਕੀ ਲੀਡਰਸ਼ਿਪ ਜਿਹੜੀ ਹੈ ਉਹ ਮਯੂਸ ਹੋਈ। ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਸਾਹਮਣੇ ਆਈ ਤਾਂ ਸੰਗਰੂਰ ਸੀਟ ਤੋਂ ਜਿਹੜਾ ਉਮੀਦਵਾਰ ਦਾ ਨਾਮ ਆਇਆ ਉਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਔਰ ਢੀਂਡਸਾ ਪਰਿਵਾਰ ਨੂੰ ਲੈ ਕੇ ਇੱਕ ਗਰੁੱਪ 'ਚ ਚਰਚਾ ਚੱਲ ਪਈ ਕਿ ਢੀਂਡਸਾ ਹੋਰਾਂ ਦੇ ਨਾਲ ਧੱਕਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸੰਗਰੂਰ ਦੀ ਟਿਕਟ ਪਰਮਿੰਦਰ ਢੀਂਡਸਾ ਹੋਰਾਂ ਨੂੰ ਮਿਲਣੀ ਚਾਹੀਦੀ ਸੀਗੀ ਕਿਉਂਕਿ ਪਿਛਲੇ ਦਿਨਾਂ 'ਚ ਪਾਰਟੀ ਮਰਜ ਕੀਤੀ ਉਹਨਾਂ ਨੇ ਔਰ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਸੀਗੀ ਔਰ ਪਿਛਲੇ ਦਿਨਾਂ 'ਚ ਇੱਕ ਹੋਰ ਚਿਹਰੇ ਨੇ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ, ਉਹ ਸੀ ਬੀਬੀ ਜਗੀਰ ਕੌਰ ਹੋਣੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੀਬੀ ਜੀ, ਪਹਿਲੀ ਲਿਸਟ ਦੇ ਵਿੱਚ ਸੰਗਰੂਰ ਸੀਟ ਦਾ ਜ਼ਿਕਰ ਜਦੋਂ ਹੁੰਦਾ ਤਾਂ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਮਿਲਣੀ, ਉਸ ਤੋਂ ਬਾਅਦ ਢੀਂਡਸਾ ਪਰਿਵਾਰ ਨਾਰਾਜ਼ ਹੋ ਗਿਆ, ਖਫਾ ਹੋ ਗਿਆ। ਹਾਲਾਂਕਿ ਉਹ ਇਹ ਜ਼ਰੂਰ ਕਹਿ ਰਹੇ ਕਿ ਮੈਂ ਅਕਾਲੀ ਦਲ ਹਾਂ ਔਰ ਅਕਾਲੀ ਦਲ 'ਚ ਹੀ ਰਵਾਂਗਾ। ਤੁਹਾਨੂੰ ਲੱਗਦਾ ਹੈ ਇਹ ਸਹੀ ਫੈਸਲਾ ਜਾਂ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਵਿਚਾਰ ਕਰਨਾ ਚਾਹੀਦਾ ਸੀ, ਢੀਂਡਸਾ ਹੋਰਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ? ਦੇਖੋ, ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹਨਾਂ ਦੀ ਕਮਿਟਮੈਂਟ ਕੀ ਸੀ, ਪਰ ਜੇ ਉਹਨਾਂ ਦੀ ਇੱਛਾ ਸੀ, ਉਹ ਚੋਣ ਲੜਨਾ ਚਾਹੁੰਦੇ ਸੀ ਤੇ ਪ੍ਰਧਾਨ ਸਾਹਿਬ ਨੂੰ ਉਹਨਾਂ ਨਾਲ ਡਿਸਕਸ ਕਰ ਲੈਣੀ ਚਾਹੀਦੀ ਸੀ। ਇਕਬਾਲ ਸਿੰਘ ਝੂੰਦਾ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ, ਉਹ ਵੀ ਐਡਵੋਕੇਟ ਨੇ, ਪਬਲਿਕ ਮੈਨ ਹੈ, ਲੋਕਾਂ 'ਚ ਵਿਚਰਦੇ ਹੈ, ਪਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵੀ ਪੁਰਾਣੇ ਸਮੇਂ ਤੋਂ ਲੈ ਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਉੱਥੇ ਚੋਣ ਲੜਦੇ ਆਏ ਹੈ, ਅਤੇ ਜਿਸ ਵੇਲੇ ਉਹਨਾਂ ਨੂੰ ਪਾਰਟੀ ਵਿੱਚ ਲਿਆਂਦਾ ਉਦੋਂ ਕੀ ਗੱਲਾਂ ਕੀਤੀਆਂ ਹੋਣਗੀਆਂ? ਜੇ ਨਹੀਂ ਵੀ ਮੈਕੇਨਿਕ ਕਮਿਟਮੈਂਟ ਸੀ, ਮੰਨ ਲਓ ਨਹੀਂ ਵੀ ਉਸ ਵੇਲੇ ਕੋਈ ਗੱਲ ਹੋਈ, ਫਿਰ ਵੀ ਜਦੋਂ ਇਹਦਾ ਫੈਸਲਾ ਕੀਤਾ ਸੀਗਾ ਉਸ ਵੇਲੇ ਬੈਠ ਕੇ ਵਿਚਾਰ ਕਰ ਲੈਣੀ ਸੀ। ਢੀਂਡਸਾ ਹੋਰਾਂ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਸੰਗਰੂਰ ਸੀਟ ਦਾ ਫੈਸਲਾ ਤੁਸੀਂ ਕਰੋਗੇ, ਤੁਸੀਂ ਦੱਸੋਗੇ ਕਿਸ ਨੂੰ ਉਤਾਰਨਾ। ਪਰਮਿੰਦਰ ਢੀਂਡਸਾ ਉੱਤੇ ਪ੍ਰਚਾਰ ਵੀ ਕਰ ਰਹੇ ਸੀਗੇ ਔਰ ਇਹ ਸਾਰਿਆਂ ਨੂੰ ਲੱਗ ਰਿਹਾ ਸੀ ਪਰਮਿੰਦਰ ਢੀਂਡਸਾ ਦੀ ਇਹ ਟਿਕਟ ਪੱਕੀ ਹੈ, ਲੇਕਿਨ ਲਾਸਟ ਮੂਮੈਂਟ 'ਤੇ ਜਦੋਂ ਝੂੰਡਾ ਹੋਰਾਂ ਨੂੰ ਟਿਕਟ ਦੇ ਦਿੱਤੀ ਗਈ ਉਹਨਾਂ ਲਈ ਸ਼ੋਕਿੰਗ ਸੀਗਾ, ਉਹ ਕਹਿੰਦੇ ਕਿ ਝਟਕਾ ਲੱਗਾ। ਦੇਖੋ, ਝਟਕਾ ਤਾਂ ਇਸ ਕਰਕੇ ਉਹਨਾਂ ਨੂੰ ਲੱਗਾ ਕਿਉਂਕਿ ਉਹਨਾਂ ਦੀ ਇੱਛਾ ਸੀ ਲੜਨ ਦਾ, ਉਹਨਾਂ ਦਾ ਚਾਓ ਸੀਗਾ ਕਿ ਮੈਂ ਲੜਨੀ ਹੈ ਚੋਣ। ਸਰਪ੍ਰਸਤ ਪਾਰਟੀ ਦੇ ਬਣਾਇਆ ਔਰ ਸਰਪ੍ਰਸਤ ਜਿਹੜਾ ਉਹ ਪ੍ਰਧਾਨ ਅਤੇ ਸਰਪ੍ਰਸਤ ਨੂੰ ਸਲਾਹ ਕਰਕੇ ਹੀ ਡਿਕਲੇਅਰ ਕਰਨੀ ਚਾਹੀਦੀ ਸੀ। ਪਤਾ ਨਹੀਂ ਇਹਨਾਂ ਦੀ ਕੀ ਮਜ਼ਬੂਰੀ ਸੀ ਜਾਂ ਕਿਉਂ ਨਹੀਂ ਡਿਸਕਸ ਕੀਤਾ, ਇਹ ਤਾਂ ਪ੍ਰਧਾਨ ਸਾਹਿਬ ਹੀ ਦੱਸ ਸਕਦੇ ਹੈ, ਪਰ ਮੈਂ ਸਮਝਦੀ ਹਾਂ ਵੀ ਤਕਰੀਬਨ ਸਾਰਿਆਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਇਸ ਤਰ੍ਹਾਂ ਜਿਹੜਾ ਪਾਰਟੀ ਦੀ ਏਕਤਾ ਵਿੱਚ, ਪਾਰਟੀ ਦੀ ਸ਼ਕਤੀ ਵਿੱਚ ਵਾਧਾ ਕਰਨ ਵਾਸਤੇ ਫਿਰ ਮੋਢੇ ਨਾਲ ਮੋਢਾ ਜੋੜ ਕੇ ਆਉਂਦਾ ਹੈ, ਅਤੇ ਉਹਦਾ ਇਕੱਲਾ ਨੁਕਸਾਨ ਨਹੀਂ ਹੁੰਦਾ, ਇਹ ਪਾਰਟੀ ਦੇ ਲੀਡਰ ਦਾ ਵਿਸ਼ਵਾਸ ਜਿਹੜਾ ਉਹਦੇ 'ਚ ਫਰਕ ਪੈਂਦਾ। ਕਿਉਂਕਿ ਇਸ ਕਰਕੇ ਵੀ ਹੈ ਕਿਉਂਕਿ ਢੀਂਡਸਾ ਹੋਰਾਂ ਨੇ ਸ਼ਾਇਦ ਕਿਤੇ ਗੱਲ ਵੀ ਕੀਤੀ ਕਿ ਉਹਨਾਂ ਨਾਲ ਧੋਖਾ ਹੋਇਆ ਔਰ ਇਹ ਸੀਟ ਕਿਤੇ ਨਾ ਕਿਤੇ ਸਮਝੌਤਾ ਹੋਇਆ। ਸਮਝੌਤੇ ਦਾ ਜ਼ਿਕਰ ਤੁਸੀਂ ਵੀ ਉਹ ਪੜ੍ਹਿਆ ਹੋਣਾ, ਸੁਣਿਆ ਹੋਣਾ ਜਾਂ ਤੁਹਾਡੀ ਵੀ ਗੱਲਬਾਤ ਹੋਈ ਹੋਣੀ? ਦੇਖੋ, ਉਹ ਮਹਿਸੂਸ ਕਰਦੇ ਵੀ ਮੇਰੇ ਨਾਲ ਧੋਖਾ ਹੋਇਆ, ਇਹਦਾ ਮਤਲਬ ਕਿ ਉਹ ਮਨ ਬਣਾ ਕੇ ਆਏ ਸੀ ਵੀ ਮੈਂ ਚੋਣ ਲੜਨੀ। ਇਹੀ ਤਾਂ ਮੈਂ ਕਿਹਾ ਕਿ ਪਹਿਲਾਂ ਉਹਨਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਸੀ, ਉਹਨਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਸੀ, ਪ੍ਰਧਾਨ ਸਾਹਿਬ ਨੇ ਕਿਹਨਾਂ ਹਾਲਾਤਾਂ ਵਿੱਚ ਉਹਨਾਂ ਨਾਲ ਡਿਸਕਸ ਨਹੀਂ ਕੀਤਾ, ਮੈਂ ਇਹਦੇ ਬਾਰੇ ਤਾਂ ਨਹੀਂ ਕੁਛ ਕਹਿ ਸਕਦੀ, ਉਹ ਤਾਂ ਉਹੀ ਦੱਸ ਸਕਦੇ ਹੈ। ਪਰ ਮੈਂ ਸਮਝਦੀ, ਮੈਂ ਸਿਰਫ ਇੰਨਾ ਕਹੂੰਗੀ ਕਿ ਜਿਹੜਾ ਵੀ ਪਾਰਟੀ ਵਿੱਚ ਬਾਹਰ ਗਿਆ ਹੋਇਆ, ਜਿਹਨੇ ਪਾਰਟੀ ਵੀ ਬਣਾਈ ਹੋਵੇ, ਭਾਵੇਂ ਉਹ ਵੱਡੀ ਬਣੀ ਨਹੀਂ ਬਣੀ, ਕਾਮਯਾਬ ਹੋਈ ਜਾਂ ਨਹੀਂ ਹੋਈ, ਪਰ ਜਦੋਂ ਵਾਪਸ ਆਉਂਦਾ ਨਾ, ਉਹ ਕੋਈ ਨਾ ਕੋਈ ਆਪਣਾ ਲਕਸ਼ ਲੈ ਕੇ ਆਉਂਦਾ। ਇੱਕ ਤਾਂ ਉਹ ਸੋਚਦਾ ਕਿ ਮਾਂ ਪਾਰਟੀ ਹੈ, ਕਮਜ਼ੋਰ ਨਾ ਹੋਵੇ, ਇਹਨੂੰ ਤਕੜੀ ਕਰੀਏ, ਔਰ ਤਕੜੀ ਕਰਨ ਵਾਸਤੇ ਪਾਰਟੀ ਦੇ ਲੀਡਰ ਦਾ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈ, ਅਤੇ ਪੈਂਦਿਆਂ ਸਾਰਾ ਜੇ ਇੱਕ ਮਹੀਨਾ ਨਹੀਂ ਹੋਇਆ
ਵਿਸ਼ਵਾਸ ਫਿਰ ਟੁੱਟ ਗਿਆ। ਇਹਦੇ ਨਾਲ ਬਾਕੀ ਲੀਡਰਸ਼ਿਪ ਜਿਹੜੀ ਹੈ ਉਹ ਮਾਯੂਸ ਹੋਈ ਹੈ ਵੀ ਜੇ ਕਿਤੇ ਗੱਲ ਹੋਵੇ ਤੇ ਇਸ ਤਰ੍ਹਾਂ ਦਾ ਨੁਕਸਾਨ ਹੋਵੇ ਤੇ ਪਾਰਟੀ ਤਕੜੀ ਕਿੱਦਾਂ ਹੋਊਗੀ। ਹੁਣ ਇਹਦੇ ਨਾਲ ਦੇਖੋ ਇਕਦਮ ਆਇਆ ਸੀਗਾ ਕਿ ਸਾਰੇ ਵਾਪਸ ਆ ਗਏ, ਸਾਰੇ ਵਾਪਸ ਆ ਗਏ, ਪਾਰਟੀ ਉਛਾਲੇ ਚ ਚਲ ਗਈ। ਹੁਣ ਜਦੋਂ ਇਹ ਘਟਨਾ ਵਾਪਰੀ ਤੇ ਸਾਰੇ ਬਾਹਰ ਨਿਕਲਣ ਲੱਗ ਪਏ, ਪਰ ਇਹ ਵੀ ਕਹਿ ਦੇਣਾ ਕਿ ਸਾਰੇ ਭਾਵੇਂ ਚੱਲ ਜਾਓ ਮੈਨੂੰ ਕੋਈ ਚਿੰਤਾ ਨਹੀਂ, ਇਹ ਵੀ ਮਾੜੀ ਗੱਲ ਹੈ। ਅਜਿਹਾ ਤਾਂ ਨਹੀਂ ਢੀਂਡਸਾ ਹੋਰਾਂ ਨੂੰ ਖਤਮ ਕਰਨਾ ਸੀ ਔਰ ਮੌਕੇ ਦਾ ਇੰਤਜ਼ਾਰ ਕੀਤਾ ਕਿ ਜਦੋਂ ਪਾਰਟੀ ਦੇ ਔਖੀ ਘੜੀ ਸੀ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿ ਰਹੇ ਸੀ ਵਾਪਸ ਆ ਜਾਓ, ਉਦੋਂ ਨਹੀਂ ਆਏ। ਹੁਣ ਮੌਕਾ ਦੇਖਿਆ, ਸਮਾਂ ਦੇਖਿਆ, ਨਜ਼ਾਕਤ ਦੇਖੀ, ਕਿਉਂਕਿ ਕਹਿੰਦੇ ਸਿਆਸਤ ਚ ਟਾਈਮਿੰਗ ਬਹੁਤ ਮਾਇਨੇ ਰੱਖਦੀ ਹੈ ਕਿ ਕਦੋਂ ਕਿੰਨੂ ਕਿਵੇਂ ਖਤਮ ਕਰਨਾ। ਸਿਆਸਤ ਚ ਬਹੁਤ ਵੱਡੇ ਵੱਡੇ ਪਰਿਵਾਰ ਜਿਹੜੇ ਆ ਉਹ ਖਤਮ ਕਰ ਦਿੱਤੇ ਗਏ। ਜੇ ਇਹ ਸੋਚ ਲੈ ਕੇ ਆਪਾਂ ਇਕੱਠੇ ਹੋ ਜਾਂਦੇ ਨਾ, ਫਿਰ ਇਹ ਨਹੀਂ ਹੋਣੀ ਚਾਹੀਦੀ। ਮੈਂ ਤੇ ਇਹਦੀ ਨਿੰਦਾ ਕਰੂੰਗੀ ਵੀ ਜੇ ਕਿਸੇ ਨੂੰ ਖਤਮ ਕਰਨ ਤੇ ਦੇਖੋ ਹੈ ਤੇ ਖਤਮ ਤੇ ਕੋਈ ਕਰ ਨਹੀਂ ਸਕਦਾ, ਉਹ ਤੇ ਪਰਮਾਤਮਾ ਨੇ ਲਿਖਿਆ ਹੁੰਦਾ ਜੋ ਮਸਤਕ ਵਿੱਚ ਲਿਖਿਆ ਜਿਸ ਮਸਤਕ ਭਾਗ ਸੋ ਲਾਗਾ ਸੇ, ਜੋ ਪਰਮਾਤਮਾ ਲਿਖਿਆ ਉਹ ਮਨੁੱਖ ਨੇ ਕਿਤੇ ਵੀ ਅਚੀਵ ਕਰ ਲੈਣਾ ਭਾਵੇਂ ਕਿਸ ਪਾਸੇ ਨੂੰ ਚੱਲ ਪਵੇ। ਪਰ ਗੱਲ ਹੈਗੀ ਹੈ ਕਿ ਪਾਰਟੀ ਜਿਹੜੀ ਕਿਸੇ ਮਰਿਆਦਾ ਤੇ ਖੜੀ ਹੈ, ਕਿਸੇ ਸਿਧਾਂਤਾਂ ਤੇ ਖੜੀ ਹੁੰਦੀ ਹੈ, ਇਸ ਪਾਰਟੀ ਦੀਆਂ ਕੋਈ ਕੁਰਬਾਨੀਆਂ ਨੇ ਔਰ ਕੁਰਬਾਨੀਆਂ ਕਰਕੇ ਸਾਡੇ ਜਿਹੜੇ ਬਜ਼ੁਰਗ ਵੀ ਤੇ ਅਸੀਂ ਲੋਕ ਜਿਹੜੇ ਖਾਸ ਕਰਕੇ ਸਾਡੀ ਉਮਰ ਦੇ ਲੋਕ ਹੈ ਉਹ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ਸਾਨੂੰ ਇਤਿਹਾਸ ਦਾ ਪਤਾ, ਸਾਨੂੰ ਸੰਘਰਸ਼ ਦਾ ਪਤਾ, ਅਸੀਂ ਪਿਛਲੇ ਇਤਿਹਾਸ ਨੂੰ ਜਾਣੂ ਹੈ ਵੀ 100-104 ਸਾਲ ਪਹਿਲਾਂ ਪਾਰਟੀ ਬਣੀ ਕਿੱਦਾਂ ਸੀ। ਸੋ ਜਿਹੜੇ ਅੱਜ ਦੇ ਸੀਗਾ ਬਿਜ਼ਨਸਮੈਨ ਲੋਕ ਜਾਂ ਜਿਹੜੇ ਲੋਕ ਨੌਜਵਾਨ ਹੈ ਉਹ ਤੇ ਇਹ ਗੱਲ ਕਹਿੰਦੇ ਕਿ ਤੁਸੀਂ ਹਰ ਵੇਲੇ ਪਾਰਟੀ ਪਾਰਟੀ ਕਰਦੇ ਰਹਿੰਦੇ, ਤੁਸੀਂ ਤੇ ਬੰਦੇ ਨੇ ਜੇ ਸਿਆਸਤ ਕਰਨੀ ਹੈ ਉਹ ਕਿਤੇ ਵੀ ਹੋ ਸਕਦਾ, ਮਤਲਬ ਲੋਕਾਂ ਦੇ ਅੱਜ ਦੇ ਪੀੜ੍ਹੀ ਜਿਹੜੀ ਹੈ ਕਈ ਵਾਰੀ ਇਹ ਵੀ ਗੱਲਾਂ ਕਰ ਦਿੰਦੀ। ਪਰ ਅਸੀਂ ਸੋਚਦੇ ਹਾਂ ਨਹੀਂ, ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਬੜੀਆਂ ਦਿੱਤੀਆਂ, ਖੂਨ ਡੋਲਿਆ, ਸੰਘਰਸ਼ ਕੀਤਾ ਔਰ ਖਾਲਸਾ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੈਠ ਕੇ ਇਹਦੀ ਸਿਰਜਣਾ ਕੀਤੀ ਸੀ ਤੇ ਇਹਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਇਹੀ ਇੱਕ ਖੇਤਰੀ ਪਾਰਟੀ ਹੈ, ਇਹਦੇ ਨਾਲ ਨੁਕਸਾਨ ਹੋਏਗਾ, ਡੈਂਟ ਪਏਗਾ। ਨਹੀਂ ਨੁਕਸਾਨ ਤੇ ਦੇਖੋ ਜੀ, ਜਦੋਂ ਮਨਾਂ ਦੇ ਵਿੱਚ ਬੰਦੇ ਦੇ ਬੇਵਿਸ਼ਵਾਸੀ ਪੈਦਾ ਹੁੰਦੀ ਹੈ ਤੇ ਨੁਕਸਾਨ ਤੇ ਹੁੰਦਾ ਹੀ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂਗੀ ਸਾਰੇ ਭਰਾਵਾਂ ਨੂੰ, ਲੱਗਦਾ ਹੈ ਇਸ ਸੀਟ ਤੇ ਫਿਰ ਵਿਚਾਰ ਕਰਨਾ ਚਾਹੀਦਾ ਪ੍ਰਧਾਨ ਨੂੰ। ਮੈਂ ਇਹਦੇ ਬਾਰੇ ਕੀ ਕਹਿ ਸਕਦੀ ਹਾਂ, ਪ੍ਰਧਾਨ ਸਾਹਿਬ ਨੇ ਹੁਣ ਐਲਾਨ ਕੀਤਾ, ਇਹ ਤੇ ਜਿਹੜੀ ਡਿਕਲੇਅਰ ਕਰ ਦਿੱਤੀ ਸੀਟ ਹੈ ਉਹਦੇ ਉੱਤੇ ਕਈ ਵਾਰ ਸੀਟਾਂ ਬਦਲੀਆਂ ਜਾਂਦੀਆਂ ਜਦੋਂ ਪਾਰਟੀ ਚ ਸੀਨੀਅਰ ਲੀਡਰਸ਼ਿਪ ਕਹਿੰਦੀ ਹੈ। ਜੇ ਉਹਨਾਂ ਦੇ ਮਨ ਚ ਲੱਗੇ ਤੇ ਉਹ ਢੀਂਡਸਾ ਸਾਹਿਬ ਨਾਲ ਹੁਣ ਵੀ ਗੱਲ ਕਰ ਸਕਦੇ ਆ ਜਾਂ ਉਹਨਾਂ ਨੂੰ ਸਮਝਾ ਦੇਣ। ਦੇਖੋ ਢੀਂਡਸਾ ਸਾਹਿਬ ਨੂੰ ਝੂੰਦਾ ਸਾਹਿਬ ਨਾਲ ਤੋੜਨਾ ਵੀ ਬਹੁਤ ਜ਼ਰੂਰੀ ਹੈ। ਸਾਡਾ ਮੇਨ ਤੁਹਾਡੀ 300 ਹੋਰਾਂ ਨਾਲ ਗੱਲਬਾਤ ਹੋਈ ਕਿਉਂਕਿ ਇੰਨੀ ਔਖੀ ਘੜੀ ਦੇ ਵਿੱਚ ਤੁਹਾਡੇ ਤਾਂ ਮੈਂ ਦੇਖੋ ਜੀ ਉਹਨਾਂ ਨੇ ਮੇਰਾ ਸਾਥ ਦਿੱਤਾ ਉਸ ਵੇਲੇ ਸ਼੍ਰੋਮਣੀ ਕਮੇਟੀ ਜਦੋਂ ਮੈਂ ਫੈਸਲਾ ਲਿਆ ਸੀ। ਗੱਲ ਇੰਨੀ ਕੋਈ ਸੀ, ਪਹਿਲੇ ਦਿਨ ਮੈਂ ਉਹਨੂੰ ਫੋਨ ਕੀਤਾ ਸੀਗਾ ਕਿ ਮੈਨੂੰ ਇਕਬਾਲ ਸਿੰਘ ਝੂੰਦਾ ਮਿਲੇ ਸੀ ਤੇ ਉਹ ਵੀ ਲੜਨਾ ਚਾਹੁੰਦੇ ਆ ਚੋਣ। ਮੈਨੂੰ ਉਹਨਾਂ ਗੱਲ ਕੀਤੀ ਸੀ ਝੂੰਦਾ ਸਾਹਿਬ ਨੇ ਕਿ ਬੀਬੀ ਜੀ ਮੈਂ ਚੋਣ ਲੜਨਾ ਚਾਹੁੰਦਾ, ਮੇਰੀ ਮਦਦ ਕਰਿਓ। ਮੈਂ ਕਿਹਾ ਨਾਲੇ ਤੇ ਢੀਂਡਸਾ ਸਾਹਿਬ ਲੜਨਾ ਚਾਹੁੰਦੇ, ਨਾਲੇ ਤੁਸੀਂ ਲੜਨਾ ਚਾਹੁੰਦੇ, ਕਹਿੰਦੇ ਮੈਨੂੰ ਬਾਲ ਸਾਹਿਬ ਨੇ ਕਿਹਾ ਹੋਇਆ। ਫਿਰ ਮੈਂ ਉਹਨੂੰ ਫੋਨ ਕੀਤਾ ਸੀਗਾ ਕਿ ਢੀਂਡਸਾ ਸਾਹਿਬ ਤੁਹਾਡੀ ਗੱਲ ਹੋਈ ਹੈ ਬਾਲ ਸਾਹਿਬ ਦੇ ਨਾਲ, ਕਿਉਂਕਿ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਝੂੰਦਾ ਸਾਹਿਬ ਨੇ ਕਿ ਮੈਨੂੰ ਉਹਨਾਂ ਨੇ ਇਸ਼ਾਰਾ ਕੀਤਾ ਹੋਇਆ ਕਿ ਤੈਨੂੰ ਚੋਣ ਲੜਾਉਣੀ ਹੈ ਤੇ ਮੈਂ ਉਹਨੂੰ ਕਿਹਾ ਕਿ ਢੀਂਡਸਾ ਸਾਹਿਬ ਤੁਸੀਂ ਲੜਨੀ ਹੈ ਕਿ ਨਹੀਂ ਲੜਨੀ, ਜੇ ਲੜਨੀ ਹੈ ਤੇ ਬਾਦਲ ਸਾਹਿਬ ਨਾਲ ਬੈਠ ਕੇ ਗੱਲ ਕਰ ਲਓ, ਇੱਕ ਦਿਨ ਪਹਿਲਾਂ ਦੀ ਗੱਲ ਹੈ। ਉਹ ਕਹਿੰਦੇ ਨਹੀਂ, ਸਾਨੂੰ ਕਿਹਾ ਹੋਇਆ ਵੀ ਸੰਗਰੂਰ ਦਾ ਤੇ ਬਰਨਾਲੇ ਦਾ ਜਿਹੜਾ ਵੀ ਕੋਈ ਮਸਲਾ ਹੋਏਗਾ ਸਿਆਸੀ ਉਹ ਤੇਰੇ ਨਾਲ ਬੈਠ ਕੇ ਤੁਹਾਡਾ ਅਸੀਂ ਫੈਸਲਾ ਕਰਾਂਗੇ। ਤੇ ਕਹਿੰਦੇ ਵੀ ਮੈਂ ਕਿਹਾ ਫਿਰ ਟਿਕਟ ਬਾਰੇ ਗੱਲ ਹੋਈ ਸੀ, ਉਹ ਕਹਿੰਦੇ ਟਿਕਟ ਦੀ ਕੋਈ ਵੱਖਰੀ ਗੱਲ ਹੋਣੀ ਸੀ, ਉਹਦੇ ਵਿੱਚ ਹੀ ਆ ਗਿਆ ਨਾ ਸਾਰਾ। ਸੋ ਮੈਂ ਸਮਝਦੀ ਹਾਂ ਕਿ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਔਰ ਬਣਦੀ ਵੀ ਸੀ ਕਿ ਇੱਕਦਮ ਤਕਲੀਫ ਹੋਈ ਹੋਗੀ ਉਹਨਾਂ ਨੂੰ। ਫਿਰ ਮੈਂ ਜਿਸ ਦਿਨ ਦੂਜੇ ਦਿਨ ਫੋਨ ਕੀਤਾ, ਮੈਂ ਕਿਹਾ ਵੀ ਡਿਕਲੇਅਰ ਹੋ ਗਈ ਹੈ ਤੇ ਕਿਸ ਤਰ੍ਹਾਂ ਤੁਸੀਂ ਕਿੱਥੇ ਹੋ, ਪਰਮਿੰਦਰ ਸਿੰਘ ਨੂੰ ਕਿਹਾ। ਉਹ ਕਹਿੰਦੇ ਮੈਂ ਅਸੀਂ ਆਏ ਸੀ ਇੱਥੇ, ਪਰ ਕਹਿੰਦੇ ਸਾਨੂੰ ਤਕਲੀਫ ਹੋਈ ਹੈ ਵੀ ਚਲੋ ਪੁੱਛ ਹੀ ਲੈਂਦੇ, ਜੇ ਉਹਨਾਂ ਨੂੰ ਝੂੰਦਾ ਸਾਹਿਬ ਨੇ ਵੀ ਲੜਨੀ ਹੈ
ਤੁਸੀਂ ਦੱਸੋ ਵੀ ਸੁਖਦੇਵ ਸਿੰਘ ਢੀਂਡ ਸਾਹਿਬ ਜਾਂ ਪਰਮਿੰਦਰ ਸਿੰਘ ਢੀਂਡ ਸਾਹਿਬ ਵੀ ਚੋਣ ਵਿੱਚ ਜਾਣ, ਫਿਰ ਹੀ ਆਪਾਂ ਦੀ ਕਾਮਯਾਬੀ ਹੋਏਗੀ। ਤੇ ਜੇ ਪਹਿਲਾਂ ਹੀ ਆਪਾਂ ਵੰਡੀ ਪਾ ਕੇ ਰੱਖ ਦਿੱਤੀ, ਜਿਹੜੇ ਇਹਨਾਂ ਦੇ ਸਮਰਥਕ ਪਹਿਲਾਂ ਦੇ ਰਹੇ ਹੈ ਉਹ ਸਮਰਥਕ ਤੇ ਅੱਜ ਹੀ ਮਯੂਸ ਹੋ ਗਏ, ਫਿਰ ਢੀਂਡ ਸੌਰੀ ਕੀ ਕਹਿੰਦੇ ਜੋ ਤੁਸੀਂ ਕਿਹਾ ਕਿ ਉਹਨੇ ਕਿਹਾ ਬਾਅਦ ਚ ਅਸੀਂ 15 ਤਰੀਕ ਨੂੰ ਉੱਥੇ ਆਉਣਾ ਚੰਡੀਗੜ੍ਹ, ਫਿਰ ਅਸੀਂ ਵਿਚਾਰ ਕਰਾਂਗੇ ਵਰਕ ਰਾਣਾ। ਤੁਹਾਨੂੰ ਕੀ ਲੱਗਦਾ ਤੁਹਾਡਾ ਆਪਣਾ ਸਿਆਸਤ ਦਾ ਤਜਰਬਾ, ਢੀਂਡਸਾ ਔਰਾਂ ਨੂੰ ਕੀ ਕਰਨਾ ਚਾਹੀਦਾ? ਕਿਉਂਕਿ ਮੇਰੀ ਜਿਹੜੀ ਗੱਲਬਾਤ ਢੀਂਡਸਾ ਔਰਾਂ ਨਾਲ ਹੋਈ, ਉਹ ਕਹਿੰਦੇ ਕਿ ਮੈਂ ਅਕਾਲੀ ਹਾਂ, ਅਕਾਲੀ ਦਲ 'ਚ ਹੀ ਰਹੂੰਗਾ, ਮੈਂ ਭਾਜਪਾ 'ਚ ਨਹੀਂ ਜਾ ਰਿਹਾ, ਮੈਂ ਭਾਜਪਾ ਦੀ ਟਿਕਟ ਤੋਂ ਇਲੈਕਸ਼ਨ ਨਹੀਂ ਲੜ ਰਿਹਾ। ਇਹ ਗੱਲ ਕਲੀਅਰ, ਸੁਖਦੇਵ ਢੀਂਡਸਾ ਨੇ ਨਿਊਜ਼ 18 ਨਾਲ ਗੱਲਬਾਤ ਕੀਤੀ। ਉਹਨਾਂ ਦਾ ਦੇਖੋ ਇਹ ਜਿਹੜਾ ਸ਼ਖਸੀਅਤ ਹੈ ਨਾ, ਬਾਰ ਬਾਰ ਇੱਧਰ ਜਾਣਾ, ਕਿਤੇ ਜਾਣਾ, ਹੋਰ ਥਾਂ ਜਾਣਾ, ਉਹ 'ਤੇ ਅਸਰ ਕਰਦਾ। ਤੁਹਾਨੂੰ ਕੀ 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 ਕਰਨਾ ਚਾਹੀਦਾ? ਨਹੀਂ ਚਲੋ ਉਹ ਤੇ ਬੈਠ ਕੇ ਵਿਚਾਰ ਕਰ ਲੈਣ, ਬਾਲ ਸਾਹਿਬ ਨਾਲ ਗੱਲ ਕਰ ਲੈਣ, ਪ੍ਰਧਾਨ ਜੀ ਨਾਲ ਗੱਲ ਕਰ। ਪ੍ਰਧਾਨ ਸਾਹਿਬ ਤਾਂ ਧੱਕਾ ਕਰਕੇ, ਧੱਕਾ ਤੇ ਉਹ ਕਹਿੰਦੇ ਮੈਂ ਕਮਿਟਮੈਂਟ ਨਹੀਂ ਕੀਤੀ। ਤੁਹਾਡੀ ਗੱਲ ਹੋਈ ਸੁਖਬੀਰ ਬਾਦਲ ਹੋਰਾਂ ਨਾਲ? ਮੇਰੀ ਨਹੀਂ ਹੋਈ, ਕਿਉਂਕਿ ਜਿਵੇਂ ਸੰਗਰੂਰ 'ਚ ਹੋਲਡ ਉਹਨਾਂ ਦਾ, ਖਡੂਰ ਸਾਹਿਬ ਹੋਲਡ ਤੁਹਾਡਾ, ਖਡੂਰ ਸਾਹਿਬ ਨੂੰ ਲੈ ਕੇ ਜਦੋਂ ਤੁਸੀਂ ਵਾਪਸ ਆਏ ਕੋਈ ਕਮਿਟਮੈਂਟ ਹੋਈ ਸੀ, ਜਾਂ ਤੁਸੀਂ ਖਡੂਰ ਸਾਹਿਬ ਦੀ ਇਲੈਕਸ਼ਨ ਲੜਨਾ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਕਿ ਖਡੂਰ ਸਾਹਿਬ ਦਾ ਫੈਸਲਾ ਤੁਹਾਡੇ ਤੋਂ ਪੁੱਛ ਕੇ ਲਿੱਤਾ ਜਾਵੇ, ਤੁਹਾਡੇ ਤੋਂ ਬਿਨਾਂ ਪੁੱਛੇ ਨਾ ਲਿੱਤਾ ਜਾਵੇ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਖਡੂਰ ਸਾਹਿਬ ਮੈਨੂੰ ਇਹਨਾਂ ਨੇ ਪਿਛਲੀ ਵਾਰੀ ਭੇਜਿਆ ਸੀ ਕਿਉਂਕਿ ਉਹ ਪੰਥਕ ਸੀਟ ਹੈ, ਔਰ ਮੈਨੂੰ ਇੰਨਾ ਪਤਾ ਕਿ ਉੱਥੇ ਹਜ਼ਾਰਾਂ ਜਿਹੜੇ ਨਾ ਮੁਲਾਜ਼ਮ ਸਾਡੇ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਖਾਸ ਕਰਕੇ ਮੈਂ ਹਜ਼ਾਰਾਂ 'ਚ ਹੀ ਕਹਿ ਸਕਦੀ ਹਾਂ ਵੱਡੀ ਗਿਣਤੀ ਵਿੱਚ, ਔਰ ਉਹ ਸਤਿਕਾਰ ਵੀ ਮੇਰਾ ਬੜਾ ਕਰਦੇ ਅਤੇ ਪਿਆਰ ਵੀ ਕਰਦੇ। ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਵਿਚਲੇ ਹੀ ਲੀਡਰਾਂ ਨੇ ਵਿਰੋਧਤਾ ਵੀ ਕੀਤੀ ਅਤੇ 3,19,000 ਵੋਟ ਫਿਰ ਮੈਨੂੰ ਪੈ ਗਈ, 1,00,000 ਵੋਟ ਦਾ ਤਕਰੀਬਨ 1.5 ਲੱਖ ਦਾ ਫਰਕ ਪਿਆ ਸੀਗਾ। ਜੇ ਉਹ ਨਾ ਵਿੱਚ ਖੋਰਾ ਲੱਗਦਾ ਤਾਂ ਸੀਟ ਜਿੱਤੀ ਸੀ ਕਿਉਂਕਿ ਪੰਥਕ ਸੀਟ ਸੀਗੀ। ਅਤੇ ਉਹਦੇ ਬਾਅਦ ਮੈਂ ਸੱਚਾਈ ਇਹ ਹੈ ਕਿ ਮੈਂ ਇੱਛਾ ਹੀ ਨਹੀਂ ਜਾਗ ਕੀਤੀ, ਕਿਉਂਕਿ ਜਿੱਥੇ ਅਸੀਂ ਜਾਣਾ ਉੱਥੇ ਜੇ ਵਿੱਚੇ ਹੀ ਬੰਦੇ ਵਿਚਲੇ ਹੀ ਵਿਰੋਧਤਾ ਕਰਦੇ ਹੋਣ ਮੇਰੇ ਖਿਆਲ ਚੋਣ ਲੜਨ ਦਾ ਕੋਈ ਫਾਇਦਾ ਨਹੀਂ। ਹੁਣ ਜਿਸ ਤਰ੍ਹਾਂ ਝੁੰਦਾ ਸਾਹਿਬ ਹੈ, ਜੇ ਮੰਨ ਲਓ ਝੁੰਦਾ ਸਾਹਿਬ ਚੋਣ ਲੜ ਰਹੇ ਆ, ਜਦ ਤੱਕ ਢੀਂਡਸੇ ਦੇ ਪੂਰੇ ਸਮਰਥਕ ਜਿਹੜੇ ਸਾਥੀ ਹੈ ਵਰਕਰ ਹੈ ਉਹ ਨਾਲ ਨਾ ਤੁਰਨਗੇ ਕੀ ਕਾਮਯਾਬੀ ਹੋਜੂ? ਸਾਰੀ ਪਾਰਟੀ ਰਲ ਕੇ ਚੋਣ ਲੜੇਗੀ ਤਾਂ ਕਾਮਯਾਬੀ ਹੁੰਦੀ ਹੈ। ਦੂਜੀ ਗੱਲ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ, ਮੈਂ ਤੁਹਾਨੂੰ ਦੱਸ ਦਿੰਦੀ ਜੀ, ਮੈਂ ਕਦੀ ਜ਼ਿੰਦਗੀ 'ਚ ਮੰਗਿਆ ਹੀ ਨਹੀਂ, ਨਾ ਮੈਂ ਟਿਕਟ ਮੰਗਦੀ ਇਹਨਾਂ ਕੋਲ, ਨਾ ਮੈਂ ਕੋਈ ਅਹੁਦੇ ਮੰਗਦੀ ਹੈ। ਮੈਂ ਇੱਕੋ ਮਨ 'ਚ ਸੋਚਿਆ ਵੀ ਮੈਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਜਿਹੜੀ ਮੇਰੀ ਕਿਸਮਤ 'ਚ ਜੋ ਲਿਖਿਆ ਉਹ ਹੋਣਾ। ਮੇਰਾ ਭਵਿੱਖ ਵੀ ਗੁਰੂ ਰਾਮਦਾਸ ਕੋਲ ਹੈ, ਮੇਰਾ ਪਾਸਟ ਵੀ ਉਹਦੇ ਕੋਲ ਸੀ, ਮੇਰਾ ਪ੍ਰੈਜੈਂਟ ਵੀ ਉਹਦੇ ਕੋਲ ਹੈ। ਮੈਂ ਜਦੋਂ ਵੀ ਅਰਦਾਸ ਕਰਾਂਗੀ ਗੁਰੂ ਰਾਮਦਾਸ ਦੇ ਕੋਲ ਕਰਾਂਗੀ, ਜਿੱਥੋਂ ਪਾਵੈ ਤਿਉਂ ਰੱਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ। ਮੈਂ ਤਾਂ ਉਹਨੂੰ ਇਹ ਕਹਿੰਦੀ ਹਾਂ, ਮੈਂ ਨਹੀਂ ਕਦੀ ਕਿਹਾ ਮੈਨੂੰ ਆਹ ਦਿਓ, ਨਾ ਮੈਂ ਟਿਕਟ ਮੰਗ ਕੇ ਆਈ ਹਾਂ, ਨਾ ਮੇਰੀ ਕੋਈ ਉਹਨਾਂ ਨੇ ਕਮਿਟਮੈਂਟ ਹੈ, ਨਾ ਮੈਂ ਉਹਨਾਂ ਨੂੰ ਕਿਹਾ। ਇੱਥੋਂ ਤੱਕ ਕਿ ਲੋਕਾਂ ਦੇ ਮਨ 'ਚ ਸ਼ਾਇਦ ਪ੍ਰਧਾਨਗੀ ਦੀ ਗੱਲ ਸ਼੍ਰੋਮਣੀ ਕਮੇਟੀ ਦੀ, ਮੈਂ ਉਹ ਵੀ ਨਹੀਂ ਗੱਲ ਕੀਤੀ। ਮੈਂ ਕਿਹਾ ਮੈਂ ਅਕਾਲੀ ਹਾਂ, ਅਕਾਲੀ ਸੀ, ਅਕਾਲੀ ਰਹਿਣਾ, ਤੁਸੀਂ ਅਹਿਸਾਸ ਕਰਦੇ ਹੋ ਤੇ ਆ ਜਾਓ, ਮੈਂ ਤੁਹਾਡਾ ਜਿਵੇਂ ਢੀਂਡਸਾ ਔਰਾਂ ਨਾਲ ਕੀਤਾ, ਕੱਲ ਨੂੰ ਤੁਹਾਡੇ ਨਾਲ ਵੀ ਇਸ ਤਰੀਕੇ ਦਾ ਵਤੀਰਾ ਹੋ ਸਕਦਾ। ਟਾਈਮਿੰਗ, ਨਜ਼ਾਕਤ, ਮੌਕਾ, ਸਮਾਂ, ਦੇਖੋ ਸਮਾਂ ਕਹਿੰਦੇ ਬੜਾ ਬਲਵਾਨ ਹੈ, ਕਹਿੰਦੇ ਸਮੇਂ ਤੇ ਜਦੋਂ ਸ਼ਾਇਦ ਮੇਰੀ ਮੰਗ ਨਹੀਂ, ਮੇਰਾ ਕੋਈ ਹੱਕ ਬਣਦਾ ਹੋਏਗਾ ਤੇ ਮੈਂ ਸੰਘਰਸ਼ ਕਰਾਂਗੀ। ਔਰ 7 ਸੀਟਾਂ ਤੇ ਅਕਾਲੀ ਦਲ ਕਿੱਥੇ ਖੜੀ ਨਜ਼ਰ ਆਉਂਦੀ ਜਿਹੜੀਆਂ ਅਨਾਊਂਸ ਹੋਈਆਂ ਨੇ? ਸੰਗਰੂਰ ਤਾਂ ਇਸ ਹਿਸਾਬ ਨਾਲ ਹਾਲਤ ਖਰਾਬ ਹੋ ਗਈ, ਸਮਾਂ ਆਏਗਾ ਜੀ, ਅਜੇ ਤੱਕ ਤਾਂ ਨਾ ਹੀ ਅਨਾਊਂਸ ਹੋਏ ਹੈ। ਹਾਲਾਤ ਜਿਹੜੇ ਪੰਜਾਬ ਦੇ ਕੋਈ ਬਹੁਤੇ ਵਧੀਆ ਨਹੀਂ ਹੈ ਕਿਸੇ ਪਾਰਟੀ ਵਾਸਤੇ ਵੀ ਇਸ ਵੇਲੇ ਨਹੀਂ, ਕਿਉਂਕਿ ਜਿੱਦਾਂ ਦਾ ਹਾਲਾਤ ਹੈ ਅੱਜ ਸਰਕਾਰ, ਅੱਜ ਦੀ ਸਰਕਾਰ ਨੇ ਬਣਾਤੇ ਹੈ ਨਾ, ਲੋਕ ਜਿਹੜੇ ਆ ਸਿਆਸਤ ਵਿੱਚ ਜਾਂ ਵੋਟਾਂ 'ਚ ਪੋਲਿੰਗ 'ਚ ਕੋਈ ਇੰਟਰਸਟ ਹੀ ਨਹੀਂ ਲੈ ਰਹੇ।
ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਪ੍ਰਧਾਨ ਸਾਹਿਬ ਨੂੰ ਕੀ ਕਰਨਾ ਚਾਹੀਦਾ ਜਿਸਦੇ ਨਾਲ ਪਾਰਟੀ ਬਿਹਤਰ ਹੋਵੇ, ਨਾ ਕਿ ਜਿਹੜੇ ਪੁਰਾਣੇ ਤੁਹਾਡੇ ਵਰਗੇ ਜਾਂ ਢੀਂਡਸਾ ਸਾਹਿਬ ਵਰਗੇ ਲੀਡਰ ਨੇ, ਟਕਸਾਲੀ ਲੀਡਰ ਨੇ, ਉਹਨਾਂ ਦਾ ਮਨ ਟੁੱਟੇ, ਦਿਲ ਟੁੱਟੇ, ਠੱਗਿਆ ਹੋਇਆ ਮਹਿਸੂਸ ਕਰਨ? ਮੈਂ ਕੀ ਕਹਿ ਸਕਦੀ ਹਾਂ ਜੀ, ਦੇਖੋ ਪ੍ਰਧਾਨ ਸਾਹਿਬ ਨੂੰ ਸਾਰਿਆਂ ਦਾ ਵਿਸ਼ਵਾਸ ਜਿੱਤਣ ਵਾਸਤੇ ਇਨਸਾਫ਼ ਵੀ ਰੱਖਣਾ ਚਾਹੀਦਾ ਔਰ ਸੀਨੀਓਰਟੀ ਵੀ ਦੇਖਣੀ ਚਾਹੀਦੀ, ਤਜਰਬਾ ਵੀ ਦੇਖਣਾ ਚਾਹੀਦਾ, ਉਹਦਾ ਕੈਲੀਬਰ ਵੀ ਦੇਖਣਾ ਚਾਹੀਦਾ ਔਰ ਉਸ ਦੀ ਜਿਹੜੀ ਇੱਛਾ ਸੇਵਾ ਕਰਨ ਦੀ ਕਿਸ ਫੀਲਡ ਵਿੱਚ ਹੈ। ਮੰਨ ਲਓ ਇੱਕ ਮੈਂ ਹੀ ਹਾਂ, ਮੈਂ ਹੋ ਸਕਦਾ ਕਿ ਮੈਂ ਇੱਧਰ ਕੰਮ ਕਰਦੀ ਹਾਂ ਸਿਆਸਤ ਵਿੱਚ, ਕੋਈ ਗੱਲ ਨਹੀਂ, ਮੈਂ ਤਨਦਾਈ ਨਾ ਕਰਦੀ, ਪਰ ਮੈਂ ਝੂਠ ਨਹੀਂ ਬੋਲ ਸਕਦੀ ਪੁੱਤ, ਮੈਂ ਕੂੜ ਪ੍ਰਚਾਰ ਨਹੀਂ ਕਰ ਸਕਦੀ, ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢ ਸਕਦੀ। ਮੇਰਾ ਜਿਹੜਾ ਆਪਣਾ ਇੰਟਰਸਟ ਹੈ ਵੀ ਮੈਂ ਕਹਿੰਦੀ ਸੱਚ ਦੀ ਗੱਲ ਕਰੋ, ਜਿਹੜੀ ਆਪਣੇ ਕੰਮ ਕੀਤੇ ਉਹ ਦੱਸੀ ਜਾਓ, ਜਿਹੜੀ ਵਿਰੋਧੀ ਨੇ ਨੁਕਸ ਪੋਲਿਸੀਜ਼ ਗਲਤ ਬਣਾਈਆਂ ਉਹ ਲੋਕਾਂ ਨੂੰ ਜਾਗਰੂਕ ਕਰੋ, ਇਹੀ ਗੱਲਾਂ ਹੁੰਦੀਆਂ ਨਾ। ਪਰ ਜਿਹੜੇ ਅੱਜ ਦੇ ਸਿਆਸੀ ਆ ਇੰਨਾ ਕੂੜ ਪ੍ਰਚਾਰ ਭਾਵੇਂ ਕਿਸੇ ਪਾਰਟੀ ਚ ਹੋਵੇ, ਲੇਕਿਨ ਪ੍ਰਧਾਨ ਸਾਹਿਬ ਨੂੰ ਕੀ ਕਰਨਾ ਚਾਹੀਦਾ? ਜਿਹੜਾ ਪ੍ਰਧਾਨ ਸਾਹਿਬ ਨੂੰ ਚਾਹੀਦਾ ਸਭ ਨੂੰ ਲੈ ਕੇ ਪਾਲਿਸੀ ਉਹ ਬਣਾਵੇ ਜਿਹੜੀ ਸਰਪ੍ਰਵਾਨ ਹੋਵੇ। ਕਰ ਰਹੇ ਤਾਂ ਦੇਖੋ ਜੀ, ਮੈਨੂੰ ਸਾਰੀਆਂ ਗੱਲਾਂ ਤੁਸੀਂ ਮੈਨੂੰ ਕਹਿੰਦੇ ਕਿ ਮੈਂ ਦੱਸਾਂ, ਇਹ ਤਾਂ ਉਹਨਾਂ ਨੂੰ ਪੁੱਛੋ ਨਾ, ਤੁਹਾਡਾ ਤਜਰਬਾ ਤਾਂ ਕਰ ਰਹੇ, ਕਰ ਰਹੇ ਕਿ ਨਹੀਂ। ਚਲੋ ਕੋਈ ਗੱਲ ਨਹੀਂ, ਜੇ ਸਮਾਂ ਆਏਗਾ ਫਿਰ ਦੱਸਾਂਗੇ। ਚਲੋ ਧੰਨਵਾਦ। ਤਾਂ ਬੀਬੀ ਜਗੀਰ ਕੌਰ ਹੋਰੀ ਕਹਿ ਰਹੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜਾਂ ਤਾਂ ਮਨਾਉਣਾ ਚਾਹੀਦਾ ਸੀ ਜਾਂ ਗੱਲ ਕਰਨੀ ਚਾਹੀਦੀ ਸੀ, ਔਰ ਠੱਗਿਆ ਹੋਇਆ ਜਾਂ ਫਿਰ ਉਹਨਾਂ ਨੂੰ ਅਜਿਹਾ ਲੱਗ ਰਿਹਾ ਕਿ ਉਹਨਾਂ ਦੇ ਨਾਲ ਧੱਕਾ ਹੋਇਆ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।